जय हिंद दोस्तों मैं हूं मुक्ता ਤੇ ਤੁਸੀਂ ਦੇਖ ਰਹੇ ਹੋ ਹੰ ਦਾ ਸਟੈਲਰ ਨਿਊਜ਼ ਵੈਬ ਟੀਵੀ ਦਸ਼ਕੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਵਿਕਾਸ ਕੁਮਰਾ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਰਿਸ਼ੀ ਕੁਮਰਾ ਜੀ ਦੇ ਨਾਲ ਨਮਸਕਾਰ ਜੀ ਨਮਸਕਾਰ ਜੀ ਜੈ ਮਾਤਾ ਦੀ ਜੈ ਹਿੰਦ ਜੀ ਸਟੈਲਰ ਨਿਊਜ਼ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਮੈਮ ਸਭ ਤੋਂ ਪਹਿਲੇ ਰਿਸ਼ੀ ਜੀ ਸਾਡੇ ਦਰਸ਼ਕਾਂ ਨੂੰ ਆਪਣੇ ਜੀਵਨ ਬਾਰੇ ਅਤੇ ਆਪਣੇ ਸਿੱਖਿਆ ਬਾਰੇ ਜਾਣਕਾਰੀ ਦਿਓ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਮੇਰੀ ਐਜ 30 ਇਅਰ ਹੋ ਗਈ ਹੈ ਤੇ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਇੱਥੇ ਹੀ ਰਹ ਰਹੇ ਸ਼ੁਰੂ ਤੋਂ ਤੇ ਬੜਾ ਅੱਛਾ ਫਾਦਰ ਸਾਹਿਬ ਦਾ ਬਿਜ਼ਨਸ ਸੀਗਾ ਪਹਿਲੇ ਤੇ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਡੈਥ ਹੋਣ ਕਰਕੇ ਘਰ ਦਾ ਥੋੜਾ ਜਿਹਾ ਮਤਲਬ ਗਰੀਬੀ ਵੀ ਆ ਗਈ ਜਿਹਦੇ ਵਿੱਚ ਕੇ ਚੱਲਦੇ ਹੋਏ ਮੈਨੂੰ ਤੇ ਮੇਰੇ ਬ੍ਰਦਰ ਨੂੰ ਘਰ ਚਲਾਣਾ ਪਿਆ ਆਪਣਾ ਤੇ ਜਿਹਦੇ ਨਾਲ ਕੇ ਕੁਝ 4 ਸਾਲ ਪਹਿਲੇ ਮੇਰੇ ਛੋਟੇ ਬ੍ਰਦਰ ਦੀ ਡੈਥ ਹੋ ਗਈ ਸੀਗੀ ਜਿਹਦੇ ਨਾਮ ਤੇ ਸੁਸਾਇਟੀ ਹੈ ਵਿਕਾਸ ਕੁਮਾਰਾ ਵੈਲਫੇਅਰ ਸੁਸਾਇਟੀ ਤੇ ਜਦੋਂ ਬ੍ਰਦਰ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਮੈਂ ਕੱਲਾ ਰਹਿ ਗਿਆ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਮੈਂ ਤੇ ਮੇਰੇ ਮੰਮੀ ਨੇ ਤੇ ਮੇਰੀ ਛੋਟੀ ਸਿਸਟਰ ਨੇ ਆਪਣਾ ਘਰ ਪਰਿਵਾਰ ਚਲਾ ਰਹੇ ਸੀ ਤੇ ਇਹਦੇ ਚਲਾਂਦੇ ਪਏ ਆ ਤੇ ਰਿਸ਼ੀ ਜੀ ਜਿੱਦਾਂ ਤੁਸੀਂ ਸਮਾਜ ਸੇਵਾ ਦੇ ਕੰਮ ਵੀ ਕਰਦੇ ਹੋ ਇਸ ਲਾਈਨ ਦੇ ਵਿੱਚ ਆਨ ਲੀ ਕਿਹਦੀ ਤੁਹਾਨੂੰ ਪ੍ਰੇਰਣਾ ਮਿਲੀ ਸੀਗੀ ਕਿਸ ਤਰ੍ਹਾਂ ਤੁਸੀਂ ਪ੍ਰੇਰਿਤ ਹੋ ਕੇ ਸਮਾਜ ਸੇਵਾ ਦੀ ਕਮਾ ਦੇ ਨਾਲ ਜੁੜੇ ਹੋ ਫੇਸਬੁੱਕ 'ਤੇ ਹੀ ਜਦੋਂ ਮੈਂ ਦੇਖਦਾ ਹੁੰਦਾ ਸੀ ਇੱਕ ਮੈਡਮ ਮਨਦੀਪ ਕੌਰ ਸਿੱਧੂ ਹੈ ਅੰਮ੍ਰਿਤਸਰ ਤੋਂ ਤੇ ਜਦੋਂ ਮੈਂ ਮੈਮ ਮਨਦੀਪ ਕੌਰ ਸਿੱਧੂ ਜੀ ਨੂੰ ਮੈਂ ਦੇਖਦਾ ਸੀਗਾ ਕਿ ਬੱਚਿਆਂ ਨੂੰ ਸ਼ੂਜ਼ ਵੰਡਦੇ ਪਏ ਇਦਾਂ ਕਰਦੇ ਪਏ ਉੱਥੋਂ ਮੈਂ ਸੋਚਿਆ ਕਿ ਕਿਉਂ ਨਾ ਕਿ ਜੇ ਇੱਕ ਲੇਡੀਜ਼ ਕੋ ਇੰਨਾ ਕੁਝ ਕਰ ਸਕਦੀ ਹੈ ਦੇਸ਼ ਵਾਸਤੇ ਫਿਰ ਉਹਨਾਂ ਵੱਲ ਦੇਖ ਕੇ ਆਪਾਂ ਇਹ ਚੀਜ਼ ਸਿੱਖੀ ਉੱਥੋਂ ਆਪਾਂ ਸ਼ੁਰੂ ਕੀਤਾ मैडम मनदीप कौर सिद्धू जी अमृतसर ਤੋਂスマइल केयर ਤੋਂ ਹੈ ਜਿਹੜੇ ਉਹਨਾਂ ਵੱਲ ਦੇਖ ਕੇ ਸਾਨੂੰ ਪ੍ਰੇਰਨਾ ਮਿਲੀ ਕਿ ਨਹੀਂ ਗਰੀਬੀ ਦੂਰ ਕਰਨ ਵਾਸਤੇ ਸਾਨੂੰ ਆਪ ਨੂੰ ਵੀ ਕੁਝ ਕਰਨਾ ਪਏਗਾ ਕਿ ਇਕੱਲੇ ਸਰਕਾਰ ਨਹੀਂ ਕੁਝ ਕਰ ਸਕਦੀ ਕਿ ਅਸੀਂ ਕੁਝ ਕਰਾਂਗੇ ਆਮ ਜਨਤਾ ਕੁਝ ਕਰੂਗੀ ਸਾਰੇ ਕਰੂਗੇ ਤੇ ਬਹੁਤ ਅੱਛਾ ਰਹੇਗਾ ਕਿ ਜਲਦੀ ਗਰੀਬੀ ਦੂਰ ਹੋਏਗੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਐਨਜੀਓ ਚਲਾ ਰਹੇ ਹੋ ਹਾਂਜੀ ਮੈਂ ਮੈਂ ਇਹ ਤਕਰੀਬਨ ਹੁਣ 3.5 ਸਾਲ ਹੋ ਚੁੱਕੇ ਨੇ ਜਿਹੜੀ ਕਿ ਆਪਾਂ ਸਭ ਤੋਂ ਪਹਿਲੇ ਬਲੱਡ ਤੋਂ ਸ਼ੁਰੂ ਕੀਤੀ ਸੀਗੀ ਬਲੱਡ ਡੋਨੇਸ਼ਨ ਕਲੱਬ ਸ਼ੁਰੂ ਕੀਤਾ ਸੀ ਹੁਸ਼ਿਆਰਪੁਰ ਦੇ ਵਿੱਚ ਤੇ ਉਹਦੇ ਤੋਂ ਬਾਅਦ ਆਪਾਂ ਹੌਲੀ-ਹੌਲੀ ਕਰਕੇ ਇਸ ਲਾਈਨ ਦੇ ਵਿੱਚ ਹੋਰ ਪਾਉਂਦੇ ਰਿਹਾ ਮਤਲਬ ਸਮਾਜ ਸੇਵਾ ਵਿੱਚ ਜਿਵੇਂ ਕਿ ਕਿਸੇ ਗਰੀਬ ਲੜਕੀ ਆ ਦੀ ਸ਼ਾਦੀ ਕਰਨੀ ਜਿਵੇਂ ਕਿ ਕਿਸੇ ਜ਼ਰੂਰਤਮੰਦ ਲੋਕਾਂ ਦਾ ਇਲਾਜ ਕਰਵਾਉਣਾ ਜਿਨ੍ਹਾਂ ਕੋ ਪੈਸਾ ਨਹੀਂ ਹੁੰਦਾ ਐਨਜੀਓ ਨੂੰ ਚਲਾਉਣ ਵਾਸਤੇ ਫਾਈਨੈਂਸ਼ੀਅਲੀ ਸਪੋਰਟ ਹੈ ਜਿਹਦਾ ਉਹ ਕਿਦਾਂ ਤੁਹਾਨੂੰ ਪ੍ਰੋਵਾਈਡ ਹੁੰਦੀ ਹੈ ਕਿ ਸਭ ਤੋਂ ਪਹਿਲੇ ਅਸੀਂ ਜੇ ਸਾਡੇ ਕੋਲ ਕੋਈ ਕੇਸ ਆਂਦਾ ਪਹਿਲੇ ਆਪਾਂ ਉਹਨੂੰ ਰੀਡ ਕਰੀਦਾ ਵਾਕਏ ਦੇਖੀਦਾ ਕਿ ਇਹਨਾਂ ਨੂੰ ਵਾਕਏ ਲੋੜ ਮੰਦ ਹੈ ਤੇ ਉਹਨਾਂ ਦੇ ਘਰ ਜਾ ਕੇ ਆਈਦਾ ਮੈਂਬਰ ਜਾਂਦੇ ਸਾਡੇ ਫੇਸੀ ਜਾਂਦਾ ਉਹਨਾਂ ਦੇ ਮਤਲਬ ਦੇਖੀਦਾ ਕਿਦਾਂ ਦੇ ਸੋਹਣਾ ਕੋ ਮੋਬਾਈਲ ਆ ਕਿਦਾਂ ਦਾ ਰਹਿਣਾ ਸਣਾ ਕਿਦਾਂ ਦਾ ਖਾਣਾ ਪੀਣਾ ਕਿਦਾਂ ਦੀ ਉਹਨਾਂ ਦੀ ਰਿਸ਼ਤੇਦਾਰੀ ਫੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਫੇਰ ਅਸੀਂ ਉਹਨਾਂ ਦੀ ਇੱਕ ਪੋਸਟ ਪਾਈ ਦੀ ਫੇਸਬੁੱਕ ਤੇ ਕਿ ਆ ਪੇਸ਼ੈਂਟ ਹੈ ਜਾਂ ਆ ਮਤਲਬ ਘਰ ਦਾ ਫੈਮਿਲੀ ਮੈਂਬਰ ਇਹਨੂੰ ਇਹ ਪ੍ਰੋਬਲਮ ਆ ਇਹਦੇ ਵਾਸਤੇ ਇਹ ਡੋਨੇਸ਼ਨ ਚਾਹੀਦੀ ਹੈ ਜਿਹੜੇ ਵੀ ਡੋਨੇਸ਼ਨ ਦੇਣਾ ਚਾਹੁੰਦੇ ਨੇ ਉਹ ਸਾਡੇ ਦਿੱਤੇ ਨੰਬਰ ਤੇ ਫੋਨ ਕਰ ਸਕਦੇ ਨੇ ਨਾਲ ਅਸੀਂ ਪੇਸ਼ੈਂਟ ਦੇ ਜਿਹੜਾ ਮਤਲਬ ਹੈ ਉਹਦਾ ਨੰਬਰ ਦੇ ਦਿੱਤਾ ਤਾਂ ਕਿ ਤੁਸੀਂ ਉਹਨੂੰ ਵੀ ਫੋਨ ਕੰਟੈਕਟ ਕਰ ਸਕਦੇ ਹੋ ਉਹਦੇ ਘਰ ਦਾ ਐਡਰੈਸ ਵੀ ਦੇ ਦਿੱਤਾ ਤੇ ਹਸਪੀਟਲ ਦਾ ਵੀ ਦੇ ਦਿੱਤਾ ਜਾਂ ਕੋਈ ਵੀ ਹੋਵੇ ਇਦਾਂ ਕਰਕੇ ਫੇਸਬੁੱਕ ਦੇ ਜਰੀਏ WhatsApp ਗਰੁੱਪਸ ਦੇ ਜਰੀਏ ਤੇ ਜਿੱਥਾ ਤੁਹਾਡੀ ਨਿਊਜ਼ ਦੇ ਜਰੀਏ ਸਾਡੇ ਨਾਲ ਲੋਕੀ ਜੁੜੇ ਹੋਏ ਨੇ ਫੇਸਬੁੱਕ ਦੇ ਜਰੀਏ ਕਾਫੀ ਮੈਨਾਂ ਫੋਰਨ ਦੇ ਵਿੱਚ ਇੰਗਲੈਂਡ ਚ ਅਮਰੀਕਾ ਚ ਬੈਠੇ ਹੋਏ ਨੇ ਅਮਰੀਕਾ ਤੋਂ ਹੈ ਅਸ਼wini ਜਰਜ ਜੀ ਹੈ ਤੇ ਇੰਗਲੈਂਡ ਤੋਂ ਹੈ ਗੁਰਮੀਤ ਪੰਗੜਾ ਜੀ ਉਹ ਸਭ ਤੋਂ ਜ਼ਿਆਦਾ ਡੋਨੇਸ਼ਨ ਉਹ ਬਹੁਤ ਬਾਰੋਂ ਦੀ ਭੇਜ ਦਿੰਦੇ ਸਾਨੂੰ ਕਿ ਜਰੂਰਤਮੰਦ ਵਾਸਤੇ ਚਾਹੀਦੀ ਹੈ ਲੇਕਿਨ ਉਹਨਾਂ ਨੂੰ ਇਹ ਹੁੰਦਾ ਕਿ ਇੰਡੀਆ ਵਿੱਚ ਇਨੇ ਲੋਕ ਪੈਸਾ ਬਰਬਾਦ ਕਰਦੇ ਸ਼ਾਦੀਆਂ ਤੇ ਕਰੋੜਾ ਰੁਪਈਆ ਖਰਾਬ ਕਰਦੇ ਨੇ ਉਹਨਾਂ ਦੇ ਜਦੋਂ ਮੈਂ ਉਹਨਾਂ ਕੋ ਪੈਸੇ ਮੰਗਦਾ ਨਾ ਫੌਰਨ ਚੋਂ ਬਾਹਰੋ ਕਿ ਸਾਡੇ ਹੁਸ਼ਿਆਰਪੁਰ ਚ ਇਹ ਪ੍ਰੋਬਲਮ ਆ ਇਹਦੇ ਵਾਸਤੇ ਇਲਾਜ ਵਾਸਤੇ ਚਾਹੀਦਾ ਬੱਚਿਆਂ ਨੂੰ ਵੋਟ ਦੇਣ ਵਾਸਤੇ ਚਾਹੀਦੇ ਪੈਸੇ ਫਿਰ ਉਹ ਮੈਨੂੰ ਇੱਕ ਕਮੈਂਟ ਕਰਦੇ ਮੈਨੂੰ ਹੁੰਦਾ ਬਹੁਤ ਹੈ ਲੇਕਿਨ ਉਹ ਸਹੀ ਕਹਿ ਰਹੇ ਨੇ ਉਹ ਕਹਿੰਦੇ ਕਿ ਦੇਖੋ ਲੋਕ ਇੱਥੇ ਕਰੋੜਾ ਰੁਪਈਆ ਸ਼ਾਦੀਆਂ ਵਿੱਚ ਖਰਚ ਕਰ ਦਿੰਦੇ ਨੇ ਇੱਦਾਂ ਉਡਾ ਦਿੰਦੇ ਨੇ ਤੇ ਬਲਕਿ ਉਹਨਾਂ ਨੂੰ ਇਹ ਨਾ ਚੀਜ਼ਾਂ ਵੀ ਜਿਹਨਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਹੁਣ ਇਹਦੇ ਉਹਨਾਂ ਨੂੰ ਰਿਪਲਾਈ ਇਹਦੇ ਵਿੱਚ ਮੈਨੂੰ ਕਹਿਣ ਵਾਸਤੇ ਕੁਝ ਮਿਲਦਾ ਨਹੀਂ ਕਿ ਆਪਾਂ ਕਹੀਦਾ ਚਲੋ ਜੀ ਕੋਸ਼ਿਸ਼ ਤੁਹਾਡੇ ਕਰਕੇ ਚੱਲਦੀ ਪਈ ਐ ਐਨ ਜੀਓ ਕਿਉਂਕਿ ਉਹੀ ਸਾਨੂੰ ਭੇਜਦੇ ਡੋਨੇਸ਼ਨ ਬਾਹਰੋਂ ਕੁਝ ਇੱਥੋਂ ਵੀ ਹੈ ਹੁਸ਼ਿਆਰਪੁਰ ਚੋਂ ਲੋਕਲ ਹੈ ਕੋਈ ਨਵੇਂ ਸ਼ਹਿਰ ਤੋਂ ਹੈ ਕੋਈ ਕਿੱਥੋਂ ਹੈ ਹਿਮਾਚਲ ਤੋਂ ਤੇ ਤੁਹਾਡੇ ਐਨ ਜੀਓ ਦੇ ਨਾਲ ਕਿੰਨੇ ਜਾਣੇ ਜੁੜੇ ਹੋਏ ਨੇ ਮੈਮ ਐਨ ਜੀਓ ਦੇ ਨਾਲ ਟੋਟਲ ਸਾਡੇ ਨਾਲ ਜਿਹੜੇ ਕਮੇਟੀ ਮੈਂਬਰ ਹੈ ਉਹ ਸੱਤ ਹੈ ਜਿਹੜੀ ਰਜਿਸਟਰਡ ਵਿੱਚ ਉਸ ਤੋਂ ਬਾਅਦ ਜਿਹੜੇ ਸਾਡੇ ਨਾਲ ਲੋਕਲ ਹੁਸ਼ਿਆਰਪੁਰ ਦੇ ਵਿੱਚੋਂ ਜੁੜੇ ਹੋਏ ਆ ਡੋਨਰ ਜਿਹੜੇ ਜਾਂ ਬਾਹਰੋਂ ਜੁੜੇ ਹੋਏ ਆ ਉਹ ਤਕਰੀਬਨ ਹਜੇ ਤੱਕ 30 ਬੰਦੇ ਆ ਸਿਰਫ ਤੇਰੀਸ਼ੀ ਜੀ ਇਹ 3 ਸਾਲਾਂ ਦੇ ਵਿੱਚ ਤੁਹਾਡਾ ਜਿਹੜਾ ਐਨਜੀਓ ਹੈ ਕਿਹੜੇ ਕਿਹੜੇ ਕੰਮਾਂ ਦੇ ਨਾਲ ਜੁੜਿਆ ਹੋਇਆ ਹੈ ਮੈਂ 3 ਸਾਲਾਂ ਤੋਂ ਸਾਡੀ ਐਨਜੀਓ ਮਤਲਬ ਕਿ ਸਭ ਤੋਂ ਪਹਿਲੇ ਬਲੱਡ ਤੋਂ ਤੁਹਾਨੂੰ ਦੱਸਿਆ ਜਿਵੇਂ ਸ਼ੁਰੂ ਕੀਤਾ ਸੀ ਅਸੀਂ ਬਲੱਡ ਡੋਨੇਸ਼ਨ ਨੂੰ ਚਲਦੇ 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 ਅੱਜ ਕਾਫੀ ਚਿਰ ਹੋ ਗਿਆ ਸਾਢੇ 3 ਸਾਲ ਹੋ ਗਏ ਸ਼ਹਿਰਪੁਰ ਦੀਆਂ ਕਾਫੀ ਸੋਸਾਇਟੀਆਂ 올 ਇੰਡੀਆ ਵੀ ਜਿੰਨੀਆਂ ਵੀ ਸੋਸਾਇਟੀਆਂ ਐਨਜੀਓਜ਼ ਆ ਬਲੱਡ ਦੀ ਸੇਵਾ ਕਰਦੀਆਂ ਉਹਨਾਂ ਸਾਰਿਆਂ ਨਾਲ ਸਾਡਾ ਟਾਈਪ ਹੈ ਸਾਡੇ ਨਾਲ ਜੁੜੇ ਹੋਏ ਨੇ ਸਾਨੂੰ ਕੋਈ ਵੀ ਜਿੱਦਾਂ ਲੁਧਿਆਣਾ ਜਾਂ ਬੰਬੇ ਦਿੱਲੀ ਕਿਤੇ ਵੀ 올 인디아 ਚ ਕਿਤੇ ਵੀ ਬਲੱਡ ਦੀ ਲੋੜ ਪੈਂਦੀ ਆ ਆਪਾਂ ਇੱਕ ਗਰੁੱਪ ਬਣਿਆ 올 ਇੰਡੀਆ ਦੇ ਸਾਰੇ ਉਹ ਚ ਮੈਂਬਰ ਹੈ ਉਹਦੇ ਵਿੱਚ ਅਸੀਂ ਪੋਸਟਪਾਡੇ ਦੀ ਜਾਂ ਉਹਨਾਂ ਨੂੰ ਪਰਸਨਲੀ ਫੋਨ ਕਰ ਦਿੰਦਾ ਕਿ ਆ ਪੇਸ਼ੈਂਟ ਆ ਇੱਥੇ ਇਹਦੇ ਇਲਾਜ ਵਾਸਤੇ ਇਹਨਾਂ ਨੂੰ ਬਲੱਡ ਚਾਹੀਦਾ ਉਹ ਬਲੱਡ ਅਰੇਂਜ ਕਰਵਾ ਦਿੰਦੇ ਆ ਉਸ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਰਕੇਸ਼ ਸਹਾਰਨ ਜੀ ਬਲੱਡ ਐਸੋਸੀਏਸ਼ਨ ਜਿਹਦੇ ਵਿੱਚ ਮੈਂ ਹੁਸ਼ਿਆਰਪੁਰ ਤੋਂ ਬਾਹਰ ਹੁੰਦਾ ਹੈ ਤੇ ਉਹਨਾਂ ਨੂੰ ਫੋਨ ਕਰ ਦਿੰਦਾ ਉਹ ਇਹਦੇ ਵਿੱਚ ਬਲੱਡ ਦੇ ਹੁਸ਼ਿਆਰਪੁਰ ਵਿੱਚ ਅਰੇਂਜ ਕਰਵਾ ਦਿੰਦੇ ਨੇ ਮਾਡੇ ਵੱਡੇ ਭਰਾ ਜੀ ਉਸ ਤੋਂ ਬਾਅਦ ਮੈਂ ਮਾਸੀ ਜੀ ਦਾ ਇਲਾਜ ਵਗੈਰਾ ਕਰਾਈਦਾ ਜਰੂਰਤਮੰਦ ਲੋਕਾਂ ਦਾ ਤੁਹਾਨੂੰ ਦੱਸਿਆ ਜੀ ਮੈਨੂੰ ਸਾਨੂੰ ਪਤਾ ਲੱਗਿਆ ਸਾਰਾ ਚੈੱਕ ਕਰਕੇ ਉਸ ਤੋਂ ਬਾਅਦ ਕਿਉਂਕਿ ਛੋਟਾ ਜਿਹਾ ਸ਼ਹਿਰ ਹੈ ਹੁਸ਼ਿਆਰਪੁਰ ਤੁਹਾਨੂੰ ਵੀ ਪਤਾ ਹੈ ਐਡਾ ਵੱਡਾ ਨਹੀਂ ਹੈ ਇੱਥੇ ਓਨੇ ਕੇ ਡੋਨਰ ਇਕੱਠੇ ਹੁੰਦੇ ਨੇ ਡੋਨੇਸ਼ਨ ਦੇਣ ਵਾਲੇ ਕਿ ਆਪਾਂ ਕੇਸ ਵੀ ਓਨੇ ਹੀ ਪਕੜੀਦੇ ਹੈਂਡਲ ਜਿਹੜੇ ਕਰ ਸਕੀਏ ਨਾ ਕਿ ਆਪਾਂ ਰੋਜ਼ 10 ਵੀਡੀ ਕਿ ਇਹਨਾਂ ਨੂੰ ਲੋੜ ਹੈ ਇਹਨਾਂ ਨੂੰ ਲੋੜ ਹੈ ਮੁੜ ਕੇ ਦੇਣ ਵਾਲੇ ਉਹੀ ਲੋਕ ਹੈ ਦੁਬਾਰਾ ਦੁਬਾਰਾ ਤੋਂ ਮੈਨੂੰ ਕਿ ਕਿੰਨਾ ਕਿ ਸ਼ਹਿਰ ਵਿੱਚ ਕੋ ਲੁਧਿਆਣਾ ਜਾਂ ਅੰਮ੍ਰਿਤਸਰ ਦਿੱਲੀ ਨਹੀਂ ਹੈ ਜਿਹੜਾ ਐਡਾ ਵੱਡਾ ਜਲੰਧਰ ਕਿ ਡੋਨੇਸ਼ਨ ਇਕੱਠੀ ਜਿਆਦਾ ਕਰ ਸਕੀ ਹੈ ਇਸ ਕਰਕੇ ਆਪਾਂ ਕੇਸ ਨੂੰ ਚੰਗੀ ਤਰ੍ਹਾਂ ਹੈਂਡਲ ਕਰਕੇ ਜਿਹਨੂੰ ਜ਼ਰੂਰਤ ਹੈ ਉਹਨੂੰ ਕਰੀਦਾ ਨਹੀਂ ਤਾਂ ਆਪਾਂ ਕੋਸ਼ਿਸ਼ ਕਰੀਦੀ ਪੀਜੀਆਈ ਰੈਫਰ ਕਰਦੀਦਾ ਪੇਸ਼ੈਂਟ ਨੂੰ ਉਹਨੂੰ ਕਹਿੰਦਾ ਆਪਾਂ ਪੀਜੀਆਈ ਤੁਸੀਂ ਚੱਲੇ ਜਾਓ ਪੀਜੀਆਈ ਤੋਂ ਇਲਾਜ ਫ੍ਰੀ ਹੋ ਜਾਂਦਾ ਹੈ ਉਸ ਤੋਂ ਬਾਅਦ ਮੈਂਮ ਅਸੀਂ ਬੱਚਿਆਂ ਨੂੰ ਸਕੂਲਾਂ ਵਿੱਚ ਸਕੂਲ ਬੈਗ ਵਰਦੀ ਸ਼ੂਜ਼ ਜਿਵੇਂ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਅਸੀਂ ਰੋਜ਼ ਪ ਪਰੋਵਾਈਡ ਕਰਵਾਈ ਦੀ ਆ ਸਟੇਸ਼ਨਰੀ ਕਰਾਈ ਦੀ ਆ ਸਕੂਲ ਬੈਗ ਕਰਵਾਈਦਾ ਆ ਕੁਝ ਗਰੀਬ ਲੜਕੀਆਂ ਦੀ ਸ਼ਾਦੀ ਕਰਵਾਈ ਦੀ ਜਿਵੇਂ ਜ਼ਰੂਰਤਮੰਦ ਲੋਕ ਆ ਉਹਨਾਂ ਨੂੰ ਉਹਨਾਂ ਦੇ ਲੜਕੀਆਂ ਦੀ ਸ਼ਾਦੀ ਵਗੈਰਾ ਕਰਵਾਈ ਦੀ ਆ ਰਿਸ਼ੀ ਜੀ ਐਨ ਜੀਓ ਚਲਾਉਣ ਵਾਸਤੇ ਤੁਹਾਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਹਾਂ ਜੀ ਮੈਂ ਸਮੱਸਿਆਵਾਂ ਮੈਨੂੰ ਪਤਾ ਸਭ ਤੋਂ ਜ਼ਿਆਦਾ ਐਨ ਜੀਓਜ਼ ਵਾਲਿਆਂ ਨੂੰ ਆਉਂਦੀ ਆ ਠੀਕ ਹੈ ਕਿਉਂਕਿ ਜੇ ਅਸੀਂ ਕੋਈ ਕਿਸੇ ਕੋਲ ਪੈਸੇ ਲੈਂਦੇ ਆ ਡੋਨੇਸ਼ਨ ਵਾਸਤੇ ਸਭ ਤੋਂ ਪਹਿਲੇ ਮੰਨ ਲਓ ਕਿ ਪੋਜ਼ਿਟਿਵ ਪੁਆਇੰਟਸ ਨੂੰ ਕਮੈਂਟਸ ਘੱਟ ਆਉਂਦੇ ਨੇ ਨੈਗੇਟਿਵ ਜ਼ਿਆਦਾ ਆ ਜਾਂਦੇ ਨੇ ਪਤਾ ਨਹੀਂ ਕਿ ਕੁਝ ਲੋਗਾਂ ਨੂੰ ਸਾਡਾ ਚੰਗਾ ਨਹੀਂ ਲੱਗਦਾ ਕਿ ਸਾਡੀ ਐਨਜੀਓ ਚੱਲਦੀ ਜਾਂ ਜਿੰਨੇ ਵੀ ਐਨਜੀਓ ਚਲਾ ਰਹੇ ਸਭ ਤੋਂ ਪਹਿਲੇ ਤਾਂ ਉਹਨਾਂ ਤੇ ਪੰਗਾ ਚੱਕਿਆ ਜਾਂਦਾ ਇਹ ਕਿ ਇਹਨਾਂ ਨੇ ਇੰਨਾ ਪੈਸਾ ਇਕੱਠਾ ਕੀਤਾ ਕਿੱਥੇ ਜਾਂਦਾ ਪਿਆ ਅੱਜ ਤੱਕ ਅਸੀਂ 15 ਲੱਖ ਤੋਂ ਕਰੀਬਨ 18 ਲੱਖ ਰੁਪਏ ਡੋਨੇਸ਼ਨ ਇਕੱਠੀ ਕਰਕੇ ਹੁਸ਼ਿਆਰਪੁਰ ਦੇ ਵਿੱਚ ਹੀ ਖਰਚ ਕਰ ਚੁੱਕੇ ਆ ਠੀਕ ਹੈ ਮੇਰੇ ਕੋਲ ਇੱਕ ਇੱਕ ਬਿੱਲ ਇੱਕ ਇੱਕ ਡਿਟੇਲ ਜਿੰਨੇ ਜਿੰਨੇ ਦਿੱਤਾ ਆ ਸਾਰਾ ਕੁਝ ਮੇਰੇ ਕੋਲ ਆਲਰੇਡੀ ਆਫਿਸ ਵਿੱਚ ਸਾਰਾ ਕੁਝ ਪਿਆ ਆ ਮੇਰਾ ਠੀਕ ਹੈ ਸਾਨੂੰ ਸਭ ਤੋਂ ਜ਼ਿਆਦਾ ਇਹ ਪ੍ਰੋਬਲਮ ਆਉਂਦੀ ਹੈ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਲੋਕ ਜਿਹੜੇ ਡੋਨੇਸ਼ਨ ਦਿੰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਕਦੀ ਅੱਜ ਤੱਕ ਨਹੀਂ ਕੁਝ ਕਹਿੰਦੇ ਠੀਕ ਹੈ ਜਿਹੜੇ ਨਹੀਂ ਕੁਝ ਦਿੰਦੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਮਤਲਬ ਉਹ ਆਪ ਕੁਝ ਕਰ ਨਹੀਂ ਸਕਦੇ ਮੈਂ ਉਹਨਾਂ ਨੂੰ ਇਹ ਕਹੂਗਾ ਕਿ ਤੁਸੀਂ ਆਪ ਕੁਝ ਕਰ ਨਹੀਂ ਸਕਦੇ ਸਾਨੂੰ ਕੁਝ ਕਰਨ ਨਹੀਂ ਦਿੰਦੇ ਅਸੀਂ ਇਹ ਕਹਿੰਦੇ ਅਸੀਂ ਬੰਦ ਕਰ ਦਿੰਦੇ ਆ ਅਸੀਂ ਕੁਝ ਨਹੀਂ ਕਰਦੇ ਆਪਣੇ ਘਰ ਜਾ ਕੇ ਬੈਜਦੇ ਜਿਵੇਂ ਆਪਾਂ بڑا ਕੰਮ ਕਰਦੇ ਆ ਆਪਾਂ ਕਰਦੇ ਆ ਠੀਕ ਹੈ ਤੁਸੀਂ ਆਪ ਆ ਕੇ ਕਰ ਲਓ ਅਸੀਂ ਛੱਡ ਦਿੰਦੇ ਆ ਨਾ ਮਤਲਬ ਲੋਕੀ ਸਾਨੂੰ ਆਪ ਨੂੰ ਕਰ ਦਿੰਦੇ ਨਾ ਆਪ ਕਰਦੇ ਮਤਲਬ ਲੇਕ ਉਹ ਜਿਹੜੇ ਸਾਡੇ ਨਾਲ ਪੋਜ਼ਿਟਿਵ ਕਮੈਂਟਸ ਆਉਂਦੇ ਆ ਉਹ ਉਹਨਾਂ ਨੂੰ ਸਮਝਾਉਂਦੇ ਕਿ ਨਹੀਂ ਇਦਾਂ 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 ਕਰਕੇ ਤੇ ਰਿਸ਼ੀ ਜੀ ਇਹ ਐਨਜੀਓ ਨੂੰ ਅੱਗੇ ਲੈ ਜਾਣ ਵਾਸਤੇ ਜਿਹੜੇ ਤੁਹਾਡੇ ਫਿਊਚਰ ਪਲਾਨਸ ਨੇ ਉਹ ਕੀ ਹੈ ਫਿਊਚਰ ਪਲਾਨ ਤਾਂ ਇਹ ਹੈ ਮੈਂ ਹਮ ਸਭ ਤੋਂ ਪਹਿਲੇ ਆਪਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਚੈਰੀਟੇਬਲ ਹਸਪੀਟਲ ਖੋਲਣਾ ਚਾਹੁੰਦੇ ਆ ਕਿਉਂਕਿ ਸਾਡੇ ਕੋਲ ਜਿਆਦਾ ਕੇਸ ਆਉਂਦੇ ਨੇ ਕਿ ਇਹਨਾਂ ਨੂੰ ਇਲਾਜ ਵਾਸਤੇ ਪੈਸੇ ਚਾਹੀਦੇ ਨੇ ਕਿਉਂਕਿ ਜਿੰਨਾ ਪੈਸਾ ਇੱਥੇ ਅੱਜ ਕੱਲ ਹੁਸ਼ਿਆਰਪੁਰ ਦੇ ਨਹੀਂ ਪੂਰੇ ਪੰਜਾਬ 'ਚ ਜਾਂ ਇੰਡੀਆ 'ਚ ਹਸਪੀਟਲਾਂ ਵਾਲੇ ਪੈਸੇ ਲੈ ਰਹੇ ਨੇ ਲੱਖਾਂ ਰੁਪਈਆ ਮਤਲਬ 24 ਘੰਟੇ ਦਾ 1 ਲੱਖ ਰੁਪਈਆ ਨਾਰਮਲ ਬਿੱਲ ਬਣ ਜਾਂਦਾ ਹੈ ਡੇਢ 2 ਲੱਖ ਰੁਪਈਆ ਦਵਾਈਆਂ ਪਾ ਕੇ ਟੈਸਟ ਪਾ ਕੇ ਜੇ ਉਹੀ ਪੈਸਾ ਲੋਕਾਂ ਦਾ ਬਚਾ ਕੇ ਜ਼ਰੂਰਤਮੰਦ ਲੋਕਾਂ ਦਾ ਕਿਸੇ ਹੋਰ ਨੇਕੀ ਦੇ ਕੰਮ 'ਚ ਲਗਾਇਆ ਜਾਵੇ ਬਹੁਤ ਸਾਰੇ ਸਾਡੇ ਕੋਲ ਕੇਸ ਆਉਂਦੇ ਨੇ ਇਹਨਾਂ ਨੂੰ ਆਹ ਪ੍ਰੋਬਲਮ ਹੈ ਸ ਮਤਲਬ ਕੋਈ ਪੈਸਾ ਨਹੀਂ ਹੁੰਦਾ ਲੋਕਾਂ ਕੋਲ ਇਸ ਕਰਕੇ ਅਸੀਂ ਸੋਚਿਆ ਕਿ ਜਿਹੜਾ ਪੈਸਾ ਹਸ ਦੇਣਾ ਚਾਹੁੰਦਾ ਇੱਕ ਡੋਨੇਸ਼ਨ ਉੱਥੇ ਬਾਕਸ ਲੱਗੇਗਾ ਮਤਲਬ ਇਲਾਜ ਫਰੀ ਕੀਤਾ ਜਾਏਗਾ ਦਵਾਈਆਂ ਤੱਕ ਫਰੀ ਦਿੱਤੀਆਂ ਜਾਏਗੀਆਂ ਟੈਸਟ ਤੱਕ ਬਲੱਡ ਬੈਂਕ ਖੁੱਲੇਗਾ ਸੋਚ ਹੈ ਸਾਡੀ ਠੀਕ ਹੈ ਨਾ ਕਿ ਉਹਦੇ ਵਿੱਚ ਬਲੱਡ ਬੈਂਕ ਖੋਲੀਏ ਤਾਂ ਕਿ ਉਹਦੇ ਵਿੱਚ ਕੋਈ ਚਾਰਜ ਨਾ ਲੱਗੇ ਕਿਸੇ ਨੂੰ ਵੀ ਇੱਕ ਡੋਨੇਸ਼ਨ ਬਾਕਸ ਲੱਗੇਗਾ ਜਿਹੜਾ ਵੀ ਡੋਨੇਸ਼ਨ ਦੇਣਾ ਚਾਹੁੰਦਾ ਉਹਦੇ ਵਿੱਚ ਡੋਨੇਸ਼ਨ ਪਾਈ ਜਾਏਗੀ ਟੈਸਟ ਇਲਾਜ ਸਾਰਾ ਬਿਲਕੁਲ ਫਰੀ ਕੀਤਾ ਜਾਏਗਾ ਸਾਡਾ ਇੱਕ ਇਹ ਸੁਪਨਾ ਹੈ ਕਿ ਇਸ ਦੁਨੀਆ ਵਾਲੇ ਪੂਰਾ ਕਰ ਸਕਦੇ ਨੇ ਸਾਰੇ ਹੁਸ਼ਿਆਰਪੁਰ ਵਾਲੇ ਜਾਂ ਇੰਡੀਆ ਵਾਲੇ ਜਾਂ ਵਰਲਡ ਵਾਲੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹੀ ਇਸ ਚੀਜ਼ ਨੂੰ ਕਰ ਸਕਦੇ ਨੇ ਪੂਰਾ ਜਿਹੜਾ ਤੁਸੀਂ ਸੁਪਨਾ ਲੈ ਕੇ ਚੱਲੇ ਹੋਏ ਏਨੂੰ ਸਾਕਾਰ ਕਰਨ ਵਾਸਤੇ ਤੁਸੀਂ ਕਿਹੜੇ ਉਪਰਾਲੇ ਕਰ ਰਹੇ ਹੋ ਮੈਮ ਇਹਦੇ ਵਾਸਤੇ ਆਪਾਂ ਇੱਕ ਛੋਟੇ ਜਿਹੇ ਕਦਮ ਤੋਂ ਚੱਕਿਆ ਹੈ ਆਪਣਾ ਕਦਮ ਪੈਰ ਤੋਂ ਕਿ ਆਪਾਂ ਚੱਕਿਆ 1 ਰੁਪਿਆ ਰੋਜ਼ ਦਾ ਤਾਂ ਹਰ ਬੰਦਾ ਦੇ ਸਕਦਾ ਹੈ ਕਿ 1 ਰੁਪਿਆ ਰੋਜ਼ ਦਾ ਸਾਲ ਦਾ 365 ਰੁਪਏ ਇੱਕ ਰੀਸੀਪਟ ਬੁੱਕ ਟਾਪਾ ਬਣਵਾਈ ਹੈ ਉਹ 365 ਰੁਪਏ ਦੀ ਰਸੀਦ ਬੁੱਕ ਹੈ ਕੋਈ ਵੀ 365 ਰੁਪਏ ਦੇ ਕੇ ਆਪਣਾ 1 ਸਾਲ ਦੀ ਡੋਨੇਸ਼ਨ ਦੇ ਸਕਦਾ ਹੈ ਮੁੜ ਕੇ ਉਹਦੀ ਵਾਰੀ 1 ਸਾਲ ਅਗਲੇ ਸਾਲ ਆਏਗੀ ਠੀਕ ਹੈ ਇਹ ਇਸ ਇਸੇ ਤਰ੍ਹਾਂ ਆਪਾਂ ਡੋਨੇਸ਼ਨ ਇਕੱਠੀ ਕਰ ਰਹੇ ਜਿਹੜੇ ਜ਼ਿਆਦਾ ਡੋਨੇਸ਼ਨ ਦੇਣਾ ਚਾਹੁੰਦੇ ਨੇ ਉਹ ਆਪਣੀ ਅਲੱਗ ਤੋਂ ਰਸੀਦ ਬੁੱਕ ਹੈਗੀ ਸਾਡੀ ਉਹ ਵੀ ਕਟਵਾ ਸਕਦੇ ਨੇ ਇਦਾਂ ਇਦਾਂ ਕਰਕੇ ਆਪਾਂ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਅਜੇ ਰਿਸ਼ੀ ਜੀ ਤੁਹਾਡੇ ਕਾਰਜ ਚ ਕਿੰਨੇ ਸਦਸੇ ਨੇ ਤੇ ਤੁਹਾਡਾ ਜਿਹੜਾ ਕਾਰੋਬਾਰ ਹੈ ਉਹ ਕੀ ਹੈ ਤੇ ਤੁਸੀਂ ਕਿਸ ਤਰ੍ਹਾਂ ਆਪਣੇ ਘਰ ਦਾ ਖਰਚਾ ਚਲਾਉਂਦੇ ਹੋ ਕਿੱਦਾਂ ਮੈਨੇਜ ਕਰਦੇ ਹੋ ਸਰ ਮੈਮ ਮੇਰੇ ਘਰ ਵਿੱਚ ਮੈਂ ਤੇ ਮੇਰੇ ਮੰਮੀ ਆ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਮੈਂ ਅੱਜ ਇਸ ਕੰਮ 'ਚ ਪਿਆ ਆ ਠੀਕ ਹੈ ਕਿ ਉਸ ਤੋਂ ਬਾਅਦ ਮੇਰੀ ਛੋਟੀ ਸਿਸਟਰ ਸੀ ਉਹਦੀ ਮੈਰਿਜ ਹੋ ਗਈ ਇਥੇ ਲੋਕਲੀ ਹੋਈ ਹੈ ਬਹਾਦਰਪੁਰ ਦੇ ਵਿੱਚ ਤੇ ਮੈਂ ਇੱਕ ਟਿਊਬਵਲ ਆਪਰੇਟਰ ਆ ਹੁਸ਼ਾਰਪੁਰ ਵਿੱਚ ਬੁੱਲਾਵਾੜੀ ਟਿਊਬਵਲ ਉੱਥੇ ਚਲਾਉਂਦਾ ਟਿਊਬਵਲ ਚਲਾਉਂਦਾ ਮੈਂ ਤੇ ਉਸ ਤੋਂ ਬਾਅਦ ਮੈਂ ਕੁਝ ਥੋੜੇ ਬੋਤੇ ਮੈਨੂੰ ਸ਼ੌਂਕ ਹੈ ਸਿੰਗਿੰਗ ਦਾ ਜਾਗਰਨ ਦਾ ਮਾਤਾ ਦੇ ਜਾਗਰਨ ਕਰਦਾ ਆ ਪ੍ਰੋਫੈਸ਼ਨਲੀ ਪ੍ਰੋਗਰਾਮ ਕੁਝ ਕਰਦਾ ਆ ਸਿੰਗਿੰਗ ਦੇ ਰਿਲੇਟਡ ਤੇ ਜਿਹਦੇ ਨਾਲ ਮੇਰਾ ਘਰ ਦਾ ਖਰਚਾ ਚੱਲਦਾ ਆ ਜਿਵੇਂ ਕਿ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਐ ਭੀਜਪੀ ਕਾਂਗਰਸ ਆਮ ਆਦਮੀ ਪਾਰਟੀ ਜਾਂ ਹੋਰ ਵੀ ਸਾਰੀਆਂ ਪਾਰਟੀਆਂ ਸਾਡੇ ਨਾਲ ਸਾਰੀਆਂ ਹੀ ਕੰਪਰੋਮਾਈਜ਼ ਕਰਦੀਆਂ ਨੇ ਜਿਵੇਂ ਸਾਨੂੰ ਕਿਸੇ ਚੀਜ਼ ਦੀ ਲੋਡ ਪੈਂਦੀ ਐ ਜਿਵੇਂ ਕਾਂਗਰਸ ਦੇ ਕੋਈ ਲੀਡਰ ਐ ਉਹਨਾਂ ਦੀ ਲੋਡ ਪੈਂਦੀ ਐ ਜਾਂ ਭੀਜਪੀ ਦੀ ਲੀਡਰਾਂ ਦੀ ਲੋਡ ਪੈਂਦੀ ਐ ਕਿ ਸਾਨੂੰ ਆਪਣੇ ਵਾਸਤੇ ਨਹੀਂ ਆਪਾਂ ਲੋਡ ਮੰਗੀਦੀ ਲੋਕਾਂ ਵਾਸਤੇ ਹੀ ਲੋੜ ਮੰਗੀ ਦੀ ਜਿਵੇਂ ਕਿ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੇਸ ਆਂਦਾ ਹੈ ਉਹਨਾਂ ਨੂੰ ਕਿਸੇ ਵੀ ਪਾਰਟੀ ਨਾਲ ਮਤਲਬ ਉਹਨਾਂ ਦਾ ਫਾਇਦਾ ਹੋ ਸਕਦਾ ਹੈ ਕਿ ਜਾਂ ਡੋਨੇਸ਼ਨ ਦੇ ਸਕਦੇ ਨੇ ਅਸੀਂ ਉਹਨਾਂ ਕੋ ਜਾ ਕੇ ਲੋੜ ਮੰਗੀ ਦੀ ਹੈ ਲੋਕਾਂ ਵਾਸਤੇ ਹੀ ਮੰਗੀਦਾ ਐ ਮੈਂ ਸਾਰੀਆਂ ਹੀ ਪਾਰਟੀਆਂ ਦਾ ਭਾਜਪੀ ਕਾਂਗਰਸ ਆਮ ਆਦਮੀ ਪਾਰਟੀ ਸਾਰਿਆਂ ਦਾ ਬਹੁਤ ਸਾਰਾ ਥੈਂਕਸ ਹੈ ਜਿਹੜੇ ਕਿ ਸਾਡੇ ਇੱਕ ਫੋਨ ਤੇ ਜਾਂ ਸਾਡੇ ਨਾਲ ਮੋੜੇ ਨਾ ਮੋੜਾ ਜੋੜ ਕੇ ਖੜੇ ਹੁੰਦੇ ਨੇ ਸਾਡੀ ਹਰ ਪਾਸੇ ਹੈਲਪ ਕਰਦੇ ਨੇ ਸਾਰਿਆਂ ਦਾ ਮੈਂ ਤਹਿ ਦਿਲੋਂ ਬਹੁਤ ਧੰਨਵਾਦ ਦਿਆਂ ਜੀ ਤੇ ਦਰਸ਼ਕੋ ਅਸੀਂ ਉਮੀਦ ਕਰਦੇ ਹਾਂ ਕਿ ਰਿਸ਼ੀ ਕੁਮਾਰਾ ਜੀ ਜਿਹੜਾ ਸਮਾਜ ਨੂੰ ਬਿਹਤਰ ਬਣਾਉਂਦਾ ਆਪਣਾ ਇੱਕ ਸੁਪਨਾ ਲੈ ਕੇ ਚੱਲੇ ਹੋਏ ਨੇ ਉਹ ਇਹਦੇ ਵਿੱਚ ਜਰੂਰ ਸਫਲ ਹੋਣ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਉਹ ਆਪਣੇ ਇਸ ਸਫ਼ਰ ਵਿੱਚ ਕਾਮਯਾਬ ਹੋਣ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੁਕਤਾ ਵਾਲੀਆ ਦਾ ਸਟੈਲਰ ਨਿਊਜ਼